ਹਾਂ ਜੀ ਦੋਸਤੋ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਕੈਰੋਂ। ਕੈਰੋਂ ਪਿੰਡ ਦੋਸਤੋ ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਦਾ ਪਿੰਡ। ਬਾਈ ਸਤਨਾਮ ਦੇ ਕੋਲ ਆਇਆ ਦੋਸਤੋ, ਜਿੱਦਾਂ ਕਿ ਬਿਲਕੁਲ ਕੈਰੋਂ ਤੁਸੀਂ ਵਿਜ਼ਿਟ ਕਰਕੇ ਗ੍ਰੈਂਡ ਕੈਰੋਂ ਦੇ ਬਿਲਕੁਲ ਨਾਲੋਂ ਸੜਕ ਬਿਲਕੁਲ ਹਵੇਲੀਆਂ 'ਤੇ ਆਉਂਦੀ ਆ, ਤੁਸੀਂ ਬਿਲਕੁਲ ਘਰ ਵਿਜ਼ਿਟ ਕਰ ਸਕਦੇ ਜੇ। ਵੈਸੇ ਹਰ ਵਾਰ ਜਿਹੜੇ ਦੋਸਤੋ ਨੰਬਰ ਆਪਣੇ ਆ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਹੁੰਦੇ ਆ ਓਨਰ ਦੇ। ਅੱਜ ਵੀ ਬਾਈ ਸਤਨਾਮ ਦੇ ਕੋਲ ਦੋਸਤੋ ਘੱਟੋ ਘੱਟ ਵੀ 8 ਪਸ਼ੂ ਪਕਾਊ ਆ, ਜਿਨ੍ਹਾਂ ਦੇ ਵਿੱਚੋਂ 5 ਤੁਹਾਨੂੰ ਜਿਹੜੀਆਂ ਬਿਲਕੁਲ ਗੱਭਣ ਤਿਆਰੀ ਦੇ ਵਹਿੜਾਂ ਉਹ ਦਿਖਾ ਦਾਂਗੇ, 3 ਵਹਿੜਾਂ ਜਿਹੜੀਆਂ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਨੇ। ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਦੋਸਤੋ, ਪਸ਼ੂ ਤਕਰੀਬਨ ਚੰਗੇ ਅਤੇ ਰੇਟ ਜਿਹੜੇ ਵਾਜਬ ਹੁੰਦੇ ਆ। ਅੱਜ ਵੀ ਤਕਰੀਬਨ ਵਾਜਬ ਰੇਟ ਹੋਣਗੇ, ਵੱਡੀਆਂ ਵਹਿੜਾਂ ਨੇ, ਚੰਗੇ ਮਿਲਕ ਕਪੈਸਿਟੀ ਵਾਲੀਆਂ ਨੇ। ਬਾਕੀ ਤਰੀਕ ਜਿਹੜੀ ਅੱਜ ਦੋਸਤੋ ਡੇਟ ਹੈਗੀ ਆ ਉਹ ਤੁਸੀਂ ਨੋਟ ਕਰ ਲਓ, 3 ਅਕਤੂਬਰ ਨੂੰ ਅੱਜ ਆਪਾਂ ਇਹ ਕਵਰੇਜ ਕਰਦੇ ਹਾਂ। ਟਾਈਮ ਕੋਈ ਜਿਹੜਾ ਦੋਸਤੋ ਦੁਪਹਿਰ ਦੇ ਕੋਈ 1 ਵਜੇ ਦਾ ਸਮਾਂ ਹੈਗਾ, ਆਓ ਕਰਦੇ ਹਾਂ ਗੱਲਬਾਤ। ਸਭ ਤੋਂ ਪਹਿਲਾਂ ਬਾਈ ਸਤਨਾਮ ਸਿੰਘ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਠਾਕ ਜੀ? ਬਹੁਤ ਵਧੀਆ, ਆਪਦੇ ਸੁਣਾਓ ਜੀ? ਸਭ ਕਿਰਪਾ ਮਹਾਰਾਜ ਦੀ ਚੜ੍ਹਦੀ ਕਲਾ। ਠੀਕ ਆ। ਅੱਛਾ ਬਾਈ ਸਤਨਾਮ, ਅੱਜ ਪਸ਼ੂ 8 ਪਕਾਊ ਆਪਣੇ? ਹਾਂਜੀ 8 ਵੀਰ ਜੀ। ਸਾਰੀਆਂ ਵਹਿੜਾਂ ਹੀ ਆ ਗਈਆਂ? ਹਾਂਜੀ ਸਾਰੀਆਂ ਵਹਿੜਾਂ ਹੀ, ਪਹਿਲਾਂ ਦੂਜਾ। ਠੀਕ ਆ ਜੀ। ਪਿੱਛੇ 5-4 ਦਿਨ ਹੀ ਹੋਏ ਆਪਾਂ ਅਪਡੇਟ ਦਿੱਤੀ ਸੀ। ਹਾਂਜੀ, ਮੈਂ 3 ਕੁ ਦਿਨ 4 ਹੋਏ। 3 ਕੁ ਦਿਨ ਹੋਏ? ਹਾਂਜੀ। ਵੀ ਵਹਿੜਾਂ ਸਾਰੀਆਂ ਵੇਖੀਆਂ ਲਗਭਗ? ਉਸਲ ਵਿੱਚ ਜੀ 1 ਘੰਟੇ ਰੁਪਏ ਲਵਾ ਮਾਲ ਸੇਲ ਹੋ ਗਿਆ। ਵਹਿੜਾਂ ਵੀ ਚੰਗੀਆਂ ਸੀ ਤਾਂ ਰੇਟ ਹਾਂਜੀ, ਬਸ ਮੇਨ ਗੱਲ ਵਿੱਚ ਰੇਟ ਤੇ ਮੁੱਕਦੀ ਆ ਜੀ। ਹਾਂਜੀ। ਤੇ ਅੱਜ ਵੀ ਮੈਨੂੰ ਲੱਗਦਾ ਵੀ ਸਾਰੇ ਫਿਰ ਉਸੇ ਤਰ੍ਹਾਂ ਰੇਟ ਆ? ਰੇਟ ਬਿਲਕੁਲ ਜਾਇਜ਼ ਜੀ, ਵੱਛੀਆਂ ਵੀ ਵੱਡੀਆਂ ਵਾ, ਭਾਅ ਵੀ ਸੂਤਰਾ ਜੀ, ਭਾਅ ਵੀ ਬਿਲਕੁਲ ਜਿਹੜੇ ਦੋਸਤੋ ਬਰਾਬਰ ਹੋਣਗੇ, ਇਕੁਅਲ ਜੇ ਹੋਣਗੇ। ਠੀਕ ਆ। ਅੱਛਾ ਭਾਈ ਸਤਨਾਮ, ਪਹਿਲੇ ਨੰਬਰ ਤੋਂ ਆਪਾਂ ਇੱਥੋਂ ਕਰ ਲਈਏ ਸਟਾਰਟ। ਹਾਂਜੀ, ਐਚ ਐਫ ਬਰੀਡ ਦੇ ਵਿੱਚ? ਹਾਂਜੀ ਵੀਰ ਜੀ। ਠੀਕ, 1 ਰੰਗ ਕਾਲੀ ਦੋਸਤੋ ਤੁਹਾਨੂੰ ਦਿਖਾ ਰਹੇ ਹਾਂ, ਵੱਡੇ ਕੱਦ ਕੱਢਦੀ ਆ ਤੇ ਸੂਈ ਅੱਜ ਹੀ ਸਵੇਰੇ ਸੂਈ ਵੀਰ ਜੀ ਜੇਜੂਰ ਪਾ ਕੇ ਸਾਫ਼ ਹੋ ਗਈ ਹੈ ਜੀ। ਅੱਛਾ ਜੀ। ਹਾਂਜੀ, ਦੂਜਾ ਸੂਆ ਜੀ? ਦੂਜਾ ਸੂਆ ਤੇ ਮਗਰ ਬੱਚਾ ਕੀ? ਮਗਰ ਬੱਚੀ ਆ ਜੀ, ਮਗਰ ਬੱਚੀ ਆ ਦੋਸਤੋ। ਆਹ ਬੱਚਾ ਅੱਜ ਮਾਰਨਿੰਗ ਸੂਈ ਆ, ਜੇਰ ਪ੍ਰੋਪਰ ਪੈ ਗਈ ਆ, ਬਿਲਕੁਲ ਸਾਫ਼ ਹੋ ਗਈ ਹੈ ਜੇਰ ਵਾਲੇ ਪਾਸਿਓਂ। ਠੀਕ ਆ। ਤੇ ਬੱਚੀ ਵੀ ਮੈਨੂੰ ਲੱਗਦਾ ਪੂਰੀ ਨਿੱਗਰ ਪਲੀ ਹੈ, ਪੂਰੀ ਬੱਚੀ ਪਲੀ ਹੈ, ਵਧੀਆ ਟਿਕਾ ਟੁਕਾ ਲਗਾ ਕੇ ਦੇਖੋ। ਰਾਜੀ ਫੁੱਲ ਵਾਲਾ ਫੁੱਲ ਵਜਨ ਵਾਲੀ ਮਗਰ ਬੱਚੀ ਆ, ਬੱਚੀ ਪਲੀ ਬਰੀਡ ਪੂਰੀ ਆ। ਠੀਕ ਆ ਜੀ, ਆਹ ਦੇਖੋ ਗਿੱਲਾ ਨਾੜੂ ਬੱਚੇ ਦੇ ਨਾਲ। ਅੱਜ ਦੋਸਤੋ 3 ਅਕਤੂਬਰ ਨੂੰ ਮਾਰਨਿੰਗ ਸੂਈ ਆ। ਠੀਕ ਆ। ਤੇ ਵੱਡੀ ਬੈੜ ਆ, ਤੋੜ ਕੇ ਆਪਾਂ ਤਸੱਲੀ ਨਾਲ ਦਿਖਾਉਣੇ ਆ, ਤੇ ਮਿਲਕ ਕਪੈਸਿਟੀ ਵੀ ਚੰਗੀ ਖਾਸ ਰਹਿਣ ਵਾਲੀ ਆ ਇਸ ਬੈੜ ਦੀ। ਤੇ ਚਵਾਈ ਬਾਈ ਸਤਨਾਮ ਬੋਲੇ ਚ ਕਰ ਲਈ ਬੜੀ ਖਾਸ ਨਿਕਲੀ, ਚੋਈ ਬੱਚੀ 4-4.5 ਕਿਲੋ। ਅੱਛਾ ਜੀ, ਬੜੀ ਸੋਹਣੀ ਨਿਕਲੀ, ਪੋਲੀ ਪਾਲੀ ਬਹੁਤ ਆ। ਠੀਕ ਆ ਜੀ, ਦੇਖੋ ਫੇਸ ਫੂਸ ਲਓ ਵੀ ਦੋਸਤੋ, ਫੇਸ ਕੁਆਲਿਟੀ ਬਹੁਤ ਸੋਹਣੀ ਆ। ਬਾਕੀ ਆਹ ਲੰਮਾ ਤੋੜ ਕੇ ਆਪਾਂ ਤੁਹਾਨੂੰ ਦਿਖਾਉਣੇ, ਇੱਧਰ ਵੇਖਿਓ ਜੀ। ਠੀਕ ਆ ਜੀ, ਠੀਕ ਆ ਜੀ। ਬਾਕੀ ਲੇਵੇ ਹਵਾਨੇ ਦੀ ਪੂਰੀ ਖਬਰਦਾਰ ਆ ਦੋਸਤੋ, ਮੁੱਠੀ ਥਾਣਾ, ਮੱਝਾਂ ਵਾਲਾ ਥਾਣਾ ਆਪਾਂ ਕਹਿ ਦਿੰਦੇ ਵੀ ਜਦੋਂ ਇਹੋ ਜਿਹੇ ਥਾਣ ਦੀ ਕੁਆਲਿਟੀ ਵੇਖਦੇ, ਮੱਝਾਂ ਵਾਲਾ ਥਾਣਾ ਵੇਖੋ ਦੇਖੋ। ਠੀਕ ਆ ਜੀ, ਧੀਰੀ ਸੀਲ ਸਾਊ ਹਰ ਪਾਸਿਓਂ ਪ੍ਰੋਪਰ ਹਾਈਟ ਕੱਦ ਦੀ ਫੁੱਲ ਬੜਾ ਫੁੱਲ ਵੱਡੀ ਹਾਈਟ ਆ ਦੋਸਤੋ, ਬਹੁਤੇ ਵੀਰ ਬਹੁਤੇ ਵੀਰ ਇਹ ਜ਼ਿਕਰ ਜ਼ਰੂਰ ਕਰਦੇ ਹੁੰਦੇ ਆ ਵੀ ਹਾਈਟ ਦੀ ਵੀਰ ਜ਼ਰੂਰ ਤਸੱਲੀ ਨਾਲ। ਤਸੱਲੀ ਵੀਰ ਇਹ ਆ ਵੀ ਵੱਡੇ ਕੱਦ ਕੱਢਦੇ, ਜਿੱਦਾਂ ਆਪਾਂ ਨੋਰਮਲ ਫਾਰਮ ਵਾਲੀਆਂ ਵਹਿੜਾਂ ਦੇਖਦੇ ਹਾਂ, ਵਜ਼ਨ ਵੀ ਪੂਰਾ ਵਛੀ ਪੂਰੀ ਵਾਲੀ ਪੂਰੀ, ਬਾਕੀ ਸੂਹ ਦੇ ਵਿੱਚ ਆਈ ਕਰਕੇ ਆ। ਆਹ ਦੇਖੋ, ਠੀਕ ਆ। ਤੇ ਬਾਈ ਸਤਨਾਮ, ਕਿੰਨਾ ਕੁ ਦੁੱਧ ਵੈਸੇ ਕੀ ਹੈਗਾ ਮੰਨਣਾ, ਕਿੰਨਾ ਕੁ ਚਲੋ ਪਾਉਣਾ ਚਾਹੀਦਾ? ਆਪਾਂ ਲਈ ਉਹ ਕਹਿੰਦੇ ਵੀ 23-24 ਕਿਲੋ ਵਛੀ ਪਹਿਲਾਂ ਨੇ ਦਿੱਤਾ, 20 ਤੋਂ ਪਲੱਸ ਹੀ ਹੈ। ਹਾਂਜੀ, ਤੇ 20 ਤੋਂ ਪਲੱਸ ਤੇ ਚਲੋ 25-26 ਕਿਲੋ ਤੋਂ ਨਾ ਵੀ ਕੋਈ ਜਿੱਡੀ ਵਛੀ ਹੈ ਜੀ। ਵਾਹ, ਬਿਲਕੁਲ ਜੀ। ਹਾਂਜੀ, ਲਓ ਵੀ ਦੋਸਤੋ 20 ਤੋਂ 25 ਲੀਟਰ ਤੱਕ ਤੁਸੀਂ ਇਹਦੀ ਕਪੈਸਿਟੀ ਮੰਨ ਕੇ ਕੋਈ ਵੀਰ ਸੌਦਾ ਕਰ ਲਏ, ਤੇ ਕੀ ਮੁੱਲ ਰਹੂਗਾ ਜੀ ਅੱਜ ਦਾ? ਮੁੱਲ ਵੀਰ ਜੀ ਵੇਖ ਲਓ, ਜਿੱਡੀ ਵਛੀ ਭਾਵੇਂ 85 ਮੰਗ ਲਈਏ। ਹਾਂਜੀ, ਹੈ ਕਿ ਨਹੀਂ? ਚਲੋ ਆਪਣਾ ਮਾਲ ਬਿਲਕੁਲ ਭਾਰ ਆ ਜਾਂਦਾ, ਆਪਾਂ ਮੁੱਲ ਜਿਹਾ ਹੁੰਦਾ ਜੀ। ਹਾਂ ਵੀਰ ਜੀ, ਮੁੱਲ ਭਾਵੇਂ 75 ਕਰੀਏ ਜੀ, 72 ਕਰੀਏ, 70,000 ਦੀ ਵਛੀ ਦੇ ਦਾਂਗੇ। 70 ਦੀ? ਹਾਂਜੀ, ਵੀ ਲੈ ਦੇ। ਹੈ ਜੀ, ਬਿਲਕੁਲ ਛੋਟ ਛਾਟ ਕਰਦਾ ਵੀਰ। ਲਓ ਜੀ, ਛੋਟ ਛਾਟ ਵਿੱਚੋਂ ਦੋਸਤੋ ਹੋ ਜੂਗੀ 70,000 ਚੋਂ, ਬਾਕੀ ਪੂਰੀ ਗੱਲਬਾਤ ਹੈਗੀ ਹੈ ਬੈਡ ਦੇ ਵਿੱਚ, ਤੁਸੀਂ ਆਪ ਹੀ ਵੇਖ ਲਓ। ਬੱਚੀ ਨਾ ਮਤਲਬ 4.25 ਕਿਲੋ ਬੱਚੇ ਨੂੰ ਝੁਕਾ ਕੇ ਸੋਈ ਜੀ, ਬੈਠਣੀਆਂ ਬਹੁਤ ਜ਼ਿਆਦਾ ਪੈਣੀ ਕਰਮਾ ਜੀ। ਠੀਕ ਹੈ ਜੀ। ਹਾਂਜੀ, ਠੀਕ ਹੈ, ਪਸੰਦ ਆਊਗੀ। ਇਸ ਤੋਂ ਬਾਅਦ ਇੱਕ ਹੋਰ ਵੱਡੀ ਕੱਦ ਕਾਠੀ ਹੈ ਦੋਸਤੋ, ਅਗਲੀ ਬੈਡ ਦੀ
ਆ ਤੁਹਾਨੂੰ ਦਿਖਾਉਣੇ ਆ। ਇਹ ਬਾਈ ਸਾਹਿਬ ਦਾ ਨਾਮ ਸੂਆ ਕਿਨਮਾ ਸੀ ਜੀ? ਪਹਿਲਣ ਇਹ ਵੀ ਦੁੱਤੇ ਆ ਪਹਿਲਣ 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 ਹਾਂਜੀ ਪਹਿਲਣ ਬਹਿੜਾ ਦੋਸਤੋ ਠੀਕ ਆ। ਤੇ ਇਹਨੂੰ ਸੂਈ ਨੂੰ ਕਿੰਨਾ ਟਾਈਮ ਹੋ ਗਿਆ? ਇਹ ਵੀ ਵੀਰ ਜੀ ਰਾਤ ਦੀ ਸੂਈ ਆ। ਇਹ ਵੀ ਰਾਤ ਹੀ ਸੂਈ ਆ ਮਗਰ ਇਹਦੇ ਬੱਚਾ ਵੱਛੀ ਆ ਜੀ। ਵੱਛੀ ਡੱਬੀ ਆ, ਵੱਛੀ ਚੰਗੀ ਆ ਤੇ ਮਗਰ ਬੜੀ ਪਲੀ ਵੱਛੀ। ਹਾਂ ਬਿਲਕੁਲ ਕਾਲੇ ਚਿੱਟੇ ਡੱਬਾ ਦੋਸਤੋ, ਡੱਬੀ ਵੱਛੀ ਆ ਬਿਲਕੁਲ ਐਚਐਫ ਬ੍ਰੀਡ ਦੇ ਵਿੱਚ। ਆਹ ਤੁਸੀਂ ਫੇਸ ਕੁਆਲਿਟੀ ਵੇਖੋ ਬੈਠ ਦੀ, ਆਹ ਦੇਖੋ ਜੀ ਥੋੜੇ ਵੱਛੀ ਵਾਲੇ ਕੱਢਦੀ ਦੋ ਦੇਣ ਦਿਨ ਪੰਜ ਚਾਰ ਹੀ ਖੜਦੀ ਗੱਲ ਕਰਦੀ ਥੋੜੀ ਜਿਹੀ ਵੱਛੀ ਨਾ ਉਧਰ ਕੇ ਸੂਬੀ ਆ। ਮਾਰਨਿੰਗ ਕੁਝ ਕੁ ਚਵਾਈ ਹੋ ਗਈ ਫਿਰ ਇਹਦੀ? ਹਾਂਜੀ ਰਾਤੀ ਚੋਈ ਸਵੇਰੇ ਚੋਈ ਆ। ਬੋਲੇ ਬੋਲੇ ਦੀ ਚਵਾਈ ਕਿਵੇਂ ਬਣੀ ਰਹੀ? ਤਾਂ ਥਣ ਥਣ ਪੂਰਾ ਮੁੱਠੀ ਆ। ਥਣ ਵੜਾ ਚਵਾਈ ਬੜੀ ਸੋਹਣੀ ਪੋਜੀ ਬਹੁਤ ਜਿਆਦੀ ਆ। ਹਾਂਜੀ ਥਣ ਪਸਵਾ ਗਿਆ ਮਤਲਬ ਕੱਢ ਜਾਂਦੀ ਚਾਹ ਮੁੱਠਾ ਥਣ ਬਣਦਾ। ਠੀਕ ਆ ਜੀ ਚੋਣ ਬਹੁਤ ਸਾਦੀ ਚੋਣ ਨਹੀਂ ਮਾਈ। ਤੋਂ ਬਾਅਦ ਜਿਹੜਾ ਦੋਸਤੋ ਥਣ ਵੈਸੇ ਨਾਰਮਲੀ ਜਿਹੜੇ ਵੀਰ ਚਵਾਈਆਂ ਕਰਦੇ ਆ ਜਾਂ ਮਸ਼ੀਨੀ ਚਵਾਈ ਤਾਂ ਚਲੋ ਹੋ ਹੀ ਜਾਂਦੀ ਆ ਦੋਸਤੋ ਪਸ਼ੂ ਦੀ, ਪਰ ਹੱਥੀ ਚਵਾਈ ਵੀ ਥੋੜਾ ਜਿਹਾ ਪਕੜ ਜਿਹੜੀ ਆਪਾਂ ਨਾਰਮਲੀ ਹਵਾਨੇ ਤੋਂ ਥੋੜੀ ਉੱਪਰੋਂ ਰੁੱਗ ਭਰਦੇ ਹਾਂ ਜਦੋਂ ਤੇ ਚਵਾਈ ਜਿਹੜੀਆਂ ਹੋਈ ਦੇਖੋ ਤੇ ਪਹਿਲਣ ਵੱਛੀ ਸੂਈ ਆ। ਬਾਕੀ ਆਹ ਮਗਰਲੇ ਥਣਾਂ ਦੀ ਜਿਹੜੀ ਧਾਰ ਚਵਾਈ ਤੁਸੀਂ ਥੋੜੀਆਂ ਜਿਹੀਆਂ ਧਾਰਾਂ ਮਾਰ ਕੇ ਤੁਹਾਨੂੰ ਆ ਕਰਾਉਣੇ ਚੈੱਕ ਆ ਵਿੱਚ ਸੂਣ ਵੱਛੀ ਬਹੁਤ ਸਦੀ ਆ ਜੀ। ਹਾਲੇ ਪਸਮਾ ਗਿਆ ਥਣ ਹੋਰ ਬਣਾ ਕੇ ਕਰਵਾ ਲਓ ਜੀ। ਠੀਕ ਹੈ ਜੀ ਤੇ ਬਾਈ ਸਤਨਾਮ ਕਿੰਨਾ ਮੁੱਲ ਇਹਦਾ ਕੀ ਰਹੂਗਾ? ਮੁੱਲ ਵੀਰ ਜੀ ਜਿੱਡੀ ਵੱਛੀ ਭਾਵੇਂ ਪੈਂਹਠ ਹੀ ਮੰਗ ਲਈਏ ਹਾਂਜੀ ਆਪਾਂ 56,000 ਦੀ ਦੇ ਦਾਂਗੇ ਜੀ। 56 ਦੀ ਹਾਂਜੀ ਬਿਲਕੁਲ ਜਾਇਜ਼। ਠੀਕ ਹੈ ਜੀ ਸੋ ਵੱਡੀ ਵਹਿੜ ਆ ਦੋਸਤੋ ਠੀਕ ਆ। ਪਹਿਲਾਂ ਹੀ ਸੂਈ ਹੈ ਨਾ ਨਾਲ? ਪਹਿਲਾਂ ਪਹਿਲਾਂ ਖਾਸ ਪਹਿਲਾਂ ਹੀ ਸੂਈ ਆ ਬਿਲਕੁਲ ਫਸਟ ਟਾਈਮਰ ਆ ਦੋਸਤੋ। ਮੁੱਲ ਆ 56,000 ਵੀ ਮੈਨੂੰ ਲੱਗਦਾ ਵੀ ਜਾਇਜ਼ ਮੁੱਲ ਆ ਦੋਸਤੋ। ਬਾਕੀ ਅੱਗੇ ਹਰ ਕਬੀਰ ਦੀ ਆਪੋ ਆਪਣੀ ਸਮਝ ਆ ਵੀ ਪਸ਼ੂ ਦੋਸਤੋ ਜਦੋਂ ਆਪਾਂ ਬਾਹਰ ਨੋਰਮਲੀ ਦੇਖਦੇ ਹਾਂ ਰੇਟ ਪਸ਼ੂ ਦੇ ਅਕੋਰਡਿੰਗ ਕੀਤਾ ਜਾਂਦਾ ਕੱਦ ਕਾਟ ਦੇ ਹਿਸਾਬ ਨਾਲ ਮਿਲਕ ਕਿੰਨਾ ਚਵਾ ਦੂਗਾ ਉਸ ਹਿਸਾਬ ਨਾਲ ਠੀਕ ਆ। ਬਾਕੀ ਪਹਿਲਣ ਵੈੜ ਸੂਈ ਆ ਬਾਕੀ 18-20 ਲੀਟਰ ਨੋਰਮਲ ਇੱਥੋਂ ਤੱਕ ਆਪਾਂ ਬਣ ਸਕਦੇ ਹਾਂ। ਠੀਕ ਆ ਦੁੱਧ ਥੋੜੀ ਜਿਹੀ ਬੱਚੀ ਜੀ ਉੱਧਰ ਕਿਹਾ ਹੁੰਦੀ ਬੜੀ ਜ਼ਿਆਦਾ ਚੰਗੀ ਬਣਨੀ ਸੀ ਬਣ ਤਾਂ ਚਲੋ ਬਥੇਰੀ ਗਈ ਆ ਪਰ ਥੋੜੀ ਕੁ ਜ਼ਿਆਦਾ ਮਤਲਬ ਹੋਰ ਫਰਕ ਪੈ ਜਾਂਦਾ। ਬਿਲਕੁਲ ਥੋੜੀ ਕੱਲ੍ਹ ਹੀ ਆਈ ਆ ਤੇ ਨੇ ਆ ਕੇ ਪੱਠਾ ਨੇ ਖਾਧਾ ਸੂ ਗਏ ਤੇ ਫੇਰ ਹੀ ਹੋਣੀ ਲੱਗੀ ਪਟਪਟ ਖਾਣ। ਠੀਕ ਆ ਜੀ ਹਾਂਜੀ ਸੋ ਦੋਨਾਂ ਮਗਰ ਬੱਚੀਆਂ ਦੋਸਤੋ ਹੁਣ ਤੱਕ ਜਿਹੜੀਆਂ ਤੁਹਾਨੂੰ ਆਪਾਂ ਦੋ ਬੈਡਾਂ ਦਿਖਾ ਦਿੱਤੀਆਂ ਠੀਕ ਆ ਦੋਨਾਂ ਮਗਰ ਬੱਚੀਆਂ ਨੇ ਤੇ ਬੱਚੀ ਵਧੀਆ ਵਧੀਆ ਟੀਕਾ ਲੱਗਾ ਕਿ ਦੇਖੋ ਨਿਗਰ ਪੂਰੀਆਂ ਬੱਚੀਆਂ ਨੇ ਪਲੀਆਂ ਪੂਰੀਆਂ ਨੇ ਬੱਚੀਆਂ ਆ ਵੇਖੋ ਪੂਰਾ ਬੱਚੀ ਵਧੀਆ ਟੀਕੇ ਚੰਗੇ ਦੀ ਆ ਲੱਗਦੇ ਫੇਸ ਵੀ ਅੱਗੇ ਕੁਛ ਵੀਰ ਸਮਝਦਾ ਕੋਈ ਡੈਨਮਾਰਕ ਤੇ ਸਮਝ ਲੈ ਕੋਈ ABS ਦਾ ਸੀਮਨ ਸਮਝ ਲੈ ਕਿਉਂਕਿ ਉਹ ਸ਼ੋਰ ਨਹੀਂ ਹੈਗਾ ਬਾਕੀ ਹੈ ਪੂਰੀ ਜਾਤੀ ਆ ਪਤਾ ਨਹੀਂ ਫੁੱਲ ਬਰੀਡ ਦੇ ਵਿੱਚ ਆ। ਠੀਕ ਆ ਇਸ ਤੋਂ ਬਾਅਦ ਅਗਲੀਆਂ ਵਹਿੜਾਂ ਜਿਹੜੀਆਂ ਆ ਗਈਆਂ ਉਹ ਤੁਹਾਨੂੰ ਆਪਾਂ ਦਿਖਾਉਂਦੇ ਆ। ਤੀਸਰੇ ਨੰਬਰ ਤੇ ਜਿਹੜੀ ਆਹ ਵਹਿੜਾ ਇਹਦੀ ਆਪਾਂ ਡਿਟੇਲ ਆਪਾਂ ਲੈਂਦੇ ਹਾਂ ਠੀਕ ਆ ਜੀ ਤੇ ਆਹ ਲਓ ਜੀ ਠੀਕ ਆ। ਅੱਛਾ ਭਾਈ ਅਗਲੇ ਆ ਤੀਜੇ ਨੰਬਰ ਤੇ ਆ ਗਈ ਆ। ਹਾਂਜੀ ਵੀਰ ਜੀ ਇਹ ਗੱਬਣ ਜੀ? ਹਾਂਜੀ ਗੱਬਣ ਹੈ ਖੜਦੀ 2-4 ਦਿਨ 2-4 ਦਿਨ ਹਾਂਜੀ ਠੀਕ ਆ। ਆ ਲਓ ਵਜਨ ਵਜਨ ਇਹਦਾ ਪੂਰਾ ਮਤਲਬ ਤਾਂ ਪੂਰੀ ਵੇਰੀ ਵਸ਼ੀ ਚੰਗੀ ਆ ਠੀਕ ਆ ਵਜਨ ਪੂਰਾ ਤੇ ਸੂਆ ਹੈ ਕਿ ਨਾ ਦੂਜੇ ਸੂਏ ਵੀਰ ਜੀ ਸੁਣਿਆ ਨੇ ਦੂਜੇ ਸੂਏ ਸੁਣਦੀ ਆ ਠੀਕ ਆ ਹਾਂਜੀ ਤਾਂ ਦਿਨ ਹਜੇ ਲੈ ਜੂਗਾ ਜੀ ਦਿਨੇ ਦੇ ਵਿੱਚ 5-4 ਲੈਣੇ ਆ ਰਾਤ ਦੀ ਅਸੀਂ ਦਿਲ ਦਿਲ ਧਰਿਆ ਕੋਈ ਉਪਰਾ ਉਪਰਾ ਬਣਾਇਆ ਕਰਮਾ ਜੀ ਠੀਕ ਆ ਤੇ ਤਿੱਪਣ ਐ ਵਧੀਆ ਤਿੱਪਣ ਤੇ ਸੁੱਕੀ ਗੂੰਦ ਉਹਦੀ ਚੋਂ ਹੈ ਕੁਝ ਕੀ ਠੀਕ ਆ ਫਿਰ ਮੈਨੂੰ ਤਾਂ ਦੱਸੋ ਕੋਈ 10 ਦੇ 12 ਹੋ ਸਕਦੇ ਹੋ ਸਕਦਾ ਹਫਤਾ ਕਾਂ ਲੈ ਜੇ ਖਿੱਚ ਕੇ ਲੈ ਜੇ ਕੋਈ ਬਣੂ ਬਣੂ ਬਹੁਤ ਬਹੁਤ 10 ਦਿਨ ਇੱਥੇ ਮੰਨ ਕੇ ਕੋਈ ਵੀਰ ਸੌਦਾ ਕਰਨੇ ਲੜ ਲੁੜ ਦੋਸਤੋ ਹਜੇ ਕਾਫੀ ਆ ਤੁਸੀਂ ਬਿਲਕੁਲ ਵੇਖ ਲਓ ਢੇਲਾ ਢੋਣਾ ਬਹੁਤ ਜ਼ਿਆਦੀਆਂ ਤੇ ਹੈ ਪੂਰੇ ਜ਼ੋਰ ਦੇ ਵਿੱਚ ਆ ਪੂਰੀ ਜਿਹੜੀ ਦੋਸਤੋ ਗੱਲਬਾਤ ਇਸ ਵੈਰ ਦੇ ਵਿੱਚ ਆ ਚਾਰੂ ਬੜੀ ਕਰਮ ਵਾਲੀ ਜਿਉਂਦੇ ਕਿ ਇਹਨਾਂ ਨੇ ਸੁੱਲੀ ਚ ਮੂੰਹ ਕੱਢ ਕੇ ਵੇਖਿਆ ਠੀਕ ਆ ਵੀ ਘੱਟੋ ਘੱਟ ਵੀ 8-10 ਦਿਨ ਮੰਨ ਕੇ ਕੋਈ ਸੌਦਾ ਕਰੇ। ਲਾਲ ਰੰਗ ਜਿਹੜਾ ਦੋਸਤੋ ਥੋੜ੍ਹੀ ਕੰਬੀਨੇਸ਼ਨ ਹੈਗਾ ਲਾਲ ਅਤੇ ਬਲੈਕ ਦਾ ਠੀਕ ਆ ਹੋਇਆ ਬਾਕੀ ਥਣ ਜਿੱਥੋਂ ਤੱਕ ਦੋਸਤੋ ਆਪਾਂ ਦੇਖ ਰਹੇ ਹਾਂ ਥਣ ਪੂਰਾ ਹੱਥੀ ਚਵਾਈ ਦਾ ਥਣ ਆ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਕਿ ਕੋਈ ਛੋਟਾ ਥਣ ਹੋਇਆ ਤਾਂ ਜ਼ਰੂਰ ਮੈਂਸ਼ਨ ਕਰ ਦਿੱਤਾ ਜਾਊਗਾ ਹੱਥੀ ਚਵਾਈ ਦਾ ਥਣ ਆ ਉੱਧਰ। ਇਹਦਾ ਗੱਬਣ ਦਾ ਮੁੱਲ ਬਾਈ ਸਤਨਾਮ ਕਿੰਨਾ? ਸਰ ਮੁੱਲ ਵੀ ਜੀ ਜਿੱਡੀ ਵੱਛੀ ਭਾਵੇਂ 50,000 ਕਰ ਲਈਏ ਹਾਂ
ਸਿਰਫ ਛੋਟ ਹੋਣੀ ਜੇ 200 ਰੁਪਿਆ ਰੇਟ ਵੇਖ ਲੋ ਬਾਕੀ ਵਛੀਆਂ ਵੇਖ ਲੋ ਵਛੀ 50,000 ਦੀ ਮਤਲਬ ਮਾਲ ਮਿਲਦਾ ਵਾ ਆਪਾਂ ਵੀ ਲਿਆਉਣੇ ਆ ਆਪਾਂ ਉਸੇ ਸਾਰਾ ਮਾਲ ਵੇਚਣਾ ਜਿਸ ਤਰ੍ਹਾਂ ਲੈਣ ਲੈ ਵੱਡੀ ਹਾਈਟ ਆ ਕੋਈ ਦਰਮਿਆਨੀ ਛੋਟੀ ਹਾਈਟ ਨੀ ਵੱਡੀ ਹਾਈਟ ਆ ਵੀ ਤਕਰੀਬਨ 10 ਦਿਨ ਪੂਰੀਆਂ ਜਿਹੜੀਆਂ ਦੋਸਤੋ ਆਪਾਂ ਕਹਿ ਲੈਣੇ ਪੰਡਾ ਪਾ ਲੂ ਵੀ ਉਹ ਗੱਲਬਾਤ ਹੋਣੀ ਜੀ ਦੁੱਧ ਵੀ ਉਹਨੇ 18-19 ਕਿਲੋ ਪਹਿਲੇ ਸੋਚ ਹੋਇਆ ਦੇਖੋ 18-19 ਚਲੋ ਗਾੜੀ ਪਰਮਾਤਮਾ ਜਾਣੇ ਆਪਣੀ ਕਿਹੜੀ ਕਰਦੀ ਆ ਬਿਲਕੁਲ ਹੈ ਦੁੱਧ ਵਾਲੀ ਜਿੰਨਾ ਲੇਵਾ ਵੇਖੋ ਖੁੱਲਾ ਬਾਕੀ ਸਭ ਤੋਂ ਵੱਡੀ ਗੱਲ ਜਿਹੜਾ ਦੋਸਤੋ ਭਾਅ ਪੜਤਾ ਬੜਾ ਜਾਇਜ਼ ਆ ਅੱਛਾ ਬਾਈ ਸਤਨਾਮ ਇੱਕ ਗੱਲ ਜ਼ਰੂਰ ਦੱਸ ਦਿਓ ਹਾਂਜੀ ਵੀ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਕਿਉਂਕਿ ਅੱਜ ਕੱਲ੍ਹ ਗਾਹਕ ਜਿਹੜਾ ਭੈਣ ਭਰਾ ਆਨਲਾਈਨ ਸੌਦੇ ਬਹੁਤ ਕਰਦਾ ਹਾਂਜੀ ਹਾਂਜੀ ਵੀ ਜਿਹੜਾ ਵੀਰ ਕੋਈ ਆਨਲਾਈਨ ਸੌਦਾ ਕਰੇ ਕੋਈ ਭਾਰ ਦੀ ਪਿੱਛੇ ਦੀ ਕੋਈ ਥਣਾ ਦੀ ਪੂਰੀ ਰਾਤ ਦੀ ਆਈ ਆ ਥਣਾ ਦੀ ਆਪਾਂ ਗਰੰਟੀ ਦੇ ਕੇ ਘੱਲਾਂਗੇ ਜੇ ਕੋਈ ਆਖੋ ਵੀਡੀਓ ਕਾਲ ਤੇ ਪਾਊਗਾ ਆਪਾਂ ਤਾਂ ਵੀ ਟਿੱਪ ਦਾਂਗੇ ਆਪਾਂ ਨੂੰ ਕੋਈ ਇਤਰਾਜ਼ ਨਹੀਂਗਾ ਬਿਲਕੁਲ ਤੇ ਭਾਰ ਪਿੱਛੇ ਦੀ ਆਪਣੀ ਗਰੰਟੀ ਹੋਊਗੀ ਠੀਕ ਹੈ ਭਰਾ ਹਾਂਜੀ ਇੱਥੇ ਰਾਤ ਦੀ ਕਰਨ ਵਾਲੀ ਬੱਚੀ ਮਤਲਬ ਕੋਈ ਗੱਲ ਨਹੀਂ ਦੋਸਤੋ ਪਸ਼ੂ ਜਿਹੜੇ ਵੀ ਆਏ ਹੁੰਦੇ ਨਾ ਬਿਲਕੁਲ ਨਵੇਂ ਪੁਰਾਣੇ ਦਿਹਾੜੀ ਡੰਗ ਦੇ ਵਿੱਚ ਤੁਹਾਨੂੰ ਇਹ ਦੂਜੇ ਨਹੀਂ ਲੱਭਣੇ ਕਿ ਨਵੇਂ ਫਿਰ ਆ ਜਾਣੇ ਆ ਸਾਰਾ ਮਾਲ ਰਾਤ ਕੱਟੀ ਪਸ਼ੂ ਨੇ ਕਿਸੇ ਨੂੰ 2-4 ਘੰਟੇ ਹੋ ਗਏ ਹੋਣਗੇ ਕਿਸੇ ਨੇ ਰਾਤ 1 ਲਾਈ ਆ ਠੀਕ ਆ ਇਸ ਕਰਕੇ ਵੀ ਇਹਨੇ ਟਾਈਮ ਦੇ ਵਿੱਚ ਕੋਈ 12-15 ਘੰਟਿਆਂ ਦੇ ਵਿੱਚ ਵੇਖਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਤੰਗੀ ਪਰੇਸ਼ਾਨੀ ਨਹੀਂ ਪਸ਼ੂ ਨੂੰ ਤਿੱਪਣ ਭਾਰ ਪਿੱਛੇ ਦੀ ਬਾਈ ਦਾ ਪੂਰੀ ਤਸੱਲੀ ਆ ਤਪਾ ਦਾਂਗੇ ਜਿਹੜੇ ਵੀਰ ਨੇ ਕਿਸੇ ਨੇ ਆਨਲਾਈਨ ਸੌਦਾ ਕਰਨਾ ਮਤਲਬ ਵੀਡੀਓ ਕਾਲ ਦੇ ਤਪਾ ਦੇ ਆਪਾਂ ਕੋਈ 40,000 ਜਸਟ 40,000 ਲੈਣ ਦੇਣਾ ਠੀਕ ਆ ਵੱਡੀ ਬੈੜ ਆ ਜ਼ਰੂਰ ਹੱਥ ਪਾ ਲਿਓ ਠੀਕ ਆ ਇਸ ਤੋਂ ਬਾਅਦ ਅੱਗੇ ਨੈਕਸਟ ਜਿਹੜੀ ਅੱਗੇ 4th ਨੰਬਰ ਤੇ ਆ ਗਈ ਇਹਦੀ ਡਿਟੇਲ ਕੀ ਇਹ ਵੀਰ ਜੀ ਪਹਿਲਾ ਸੂਆ ਵੱਛੀ ਸੂਈ ਆ ਬੱਚਾ ਜੀ ਸੂਈ ਨੂੰ 14-15 ਦਿਨ ਹੋ ਗਏ ਜੀ ਅੱਛਾ ਪਹਿਲੀ ਸੂਈ ਆ ਵੱਛੂ ਅੱਛਾ ਆ ਮਗਰ ਹਾਂਜੀ ਆ ਮਗਰ ਬੱਚਾ ਇੱਕ ਵਾਰੀ ਜ਼ਰੂਰ ਦੇਖ ਲਓ ਜੀ ਠੀਕ ਆ ਤੇ ਦਿਨ ਇਹਨੂੰ ਕਿੰਨੇ ਹੋ ਗਏ ਸੂਈ ਨੂੰ ਇਹ ਵੀਰ ਜੀ 14-15 ਦਿਨ ਹੋ ਹੀ ਗਏ ਆ ਜੀ 14-15 ਦਿਨ ਹੋ ਗਏ ਆ ਪਹਿਲਾ 12-13 ਦਿਨ ਆਉਂਦੇ ਚਲੋ ਆਪਾਂ ਦਿਹਾੜੀ ਵੱਧਦੀ ਦੱਸਦੇ ਆ ਪਲੂਨ ਵੱਛੀ ਪਹਿਲਾ ਸੂਆ ਦੋਸਤੋ ਸੂਈ ਆ ਫਸਟ ਟਾਈਮਰ ਤੇ 15 ਦਿਨ ਦਾ ਸਮਾਂ ਹੋ ਗਿਆ ਬਾਕੀ ਬਿਲਕੁਲ ਨਵੀਂ ਆ ਵੇਖੋ ਦੁੱਧ ਦੇਖੋ 13 ਕਿਲੋ ਜੀ 13 ਕਿਲੋ ਦੁੱਧ ਜਿਹੜਾ ਅੱਜ 15-14 ਦਿਨਾਂ ਦੀ ਸੂਈ ਦੇ ਥੱਲੇ 13 ਕਿਲੋ ਦੁੱਧ ਜਿਹੜਾ ਹਾਜ਼ਰ ਆ ਟਾਇਟ ਕਸਮੇ ਲੇਵੇ ਦੀ ਆ ਤੇ ਬਾਕੀ ਇਹਦੀ ਚਵਾਈ ਜਿਹੜੀ ਆ ਦੋਸਤੋ ਬਿਲਕੁਲ ਤੁਹਾਨੂੰ ਦਿਖਾ ਦਾਂਗੇ ਠੀਕ ਆ ਜੀ ਚਵਾਈ ਇਹਦੀ ਦਿਖਾ ਦਾਂਗੇ ਕਿਉਂਕਿ ਕਿਤੇ ਨਾ ਕਿਤੇ ਵੀਰਾਂ ਨੂੰ ਲੱਗੇ ਵੀ ਮਗਰਲੇ ਥਣ ਜਿਹੜੇ ਥੋੜ੍ਹੇ ਜਿਹੇ ਛੋਟੇ ਵਿਖਾਉਂਦੀ ਆ ਚੋਣ ਬੜੀ ਆ ਪੂਰੇ ਜਿਹੜੇ ਹੱਥੀ ਚਵਾਈ ਵਾਲੇ ਆ ਮਗਰਲੇ ਥਣ ਥੋੜ੍ਹੇ ਛੋਟੇ ਲੱਗਦੇ ਆ ਪਰ ਚਵਾਈ ਜਿਹੜੀ ਆ ਤੁਸੀਂ ਨਾਲੋਂ ਨਾਲ ਵੇਖ ਰਹੇ ਹੋ ਬਿਲਕੁਲ ਤਸੱਲੀ ਨਾਲ ਵੇਖ ਲਿਓ ਠੀਕ ਆ ਕੋਈ ਵੀਰ ਇੱਥੇ ਵੀ ਆਇਆ ਕੋਈ ਦੂਰੋਂ ਨੇੜਿਓਂ ਆਇਆ ਤਾਂ ਇੱਥੇ ਆਣ ਕੇ ਜਿਹੜਾ ਪਤਾ ਲੱਗੇ ਵੀ ਥੋੜ੍ਹਾ ਜਿਹਾ ਸਾਈਜ਼ ਵਿੱਚ ਛੋਟੇ ਸਨ ਦੁੱਧ 13 ਕਿਲੋ ਆ ਕੰਡੇ ਵਾਲਾ ਜਿੱਦਾਂ ਮਰਜ਼ੀ ਕੋਈ ਚੋਖੀ ਜਾਵੇ 13 ਕਿਲੋ ਹਾਂਜੀ ਹਾਂਜੀ ਤੇ ਚਵਾਈ 'ਚ ਵੀ ਇੱਕ ਸਾਰ ਚੋਣ ਬਹੁਤ ਸਰਦੀ ਆ ਜੀ ਅੰਗੂਠੇ ਦੀ ਮੋਟੀ ਧਾਰ ਪੈਂਦੀ ਠੀਕ ਬਾਈ ਇਹਦਾ ਫਿਰ ਲੈਣ ਦੇਣ ਕੀ ਮੁੱਲ ਵੀ ਜੀ ਵਛੀ ਦੇ 35,000 ਦੀ ਹੈ ਹਾਂਜੀ ਆਪਾਂ 28,000 ਦੀ ਦੇ ਦੇਣੀ ਹੈ ਜੀ 28,000 ਦੀ ਲਓ ਜੀ ਬਿਲਕੁਲ ਸੱਜਰ ਅਤੇ ਲੰਮਾ ਜਿਹੜਾ ਦੋਸਤੋ ਆਪਾਂ ਕਹਿ ਦਈਏ ਨਾ ਸਾਲ ਭਰ ਪਸ਼ੂ ਦੁੱਧ ਪਿਆਉਂਦਾ ਰਹਿੰਦਾ ਵਿਹੜਾਂ ਦੇ ਵਿੱਚ ਖਾਸ ਤੌਰ 'ਤੇ ਅਤੇ 13 ਕਿਲੋ ਦੁੱਧ ਹੁਣ ਹੈਗਾ ਬਾਕੀ ਤੁਸੀਂ ਆਪਦੀ ਸੇਵਾ 'ਤੇ 14 ਕਰ ਲਿਓ 15 ਕਰ ਲਿਓ ਠੀਕ ਆ ਹਾਂਜੀ ਦੁੱਧ ਵਧਾਈ ਰਾਤ ਹੀ ਆਈ ਆਪਣੇ ਕੋਲ ਬਿਲਕੁਲ ਅਗਲੀ ਜਿਹੜੀ ਵਿਹੜ ਆਪਾਂ ਖੋਲ੍ਹ ਕੇ ਦਿਖਾਉਣੀ ਹੈ 5ਵਾਂ ਨੰਬਰ ਆ ਅਤੇ ਇਹ ਗੱਭਣਾ ਜੀ ਹਾਂਜੀ ਵੀਰ ਜੀ ਇਹ ਦਿਨ 8 ਲੈ ਜੂਗੀ ਦੂਜੇ ਸੂਏ 'ਤੇ ਗੱਭਣ ਠੰਡੀ ਠੰਡੀ ਵੇਖੋ ਕਿੰਨੀ ਲਓ ਜੀ ਵੀ 8 ਦਿਨ ਦੋਸਤੋ ਲੈਂਦੀ ਹੈ ਠੀਕ ਆ ਬਾਕੀ ਢਿੱਲ ਢੁੱਲ ਵੇਖੋ ਲਾਏ ਪਈ ਹੈ ਜੇ ਤਕਰੀਬਨ ਘੱਟੋ ਘੱਟ ਵੀ 8 ਤੋਂ 10 ਦਿਨ ਹਜੇ ਸਮਾਂ ਲੈ ਦਿਨ 8 ਲਾਉਣਾ ਲੈ ਜੂਗੀ ਅਤੇ ਸੂਆ ਇਹ ਵੀ ਪੈ ਜਾਣਾ ਹੈ ਜੀ ਨਾ ਦੂਜਾ ਦੂਜਾ ਨੇ ਆ ਦੇਖੋ ਜੀ ਸੋ ਦੂਜਾ ਸੂਆ ਤੇ ਧਾਰਾਂ ਪਾਉਣੀਆਂ ਜਿਹੜੀਆਂ ਦੋਸਤੋ ਪਹਿਲਾਂ ਜ਼ਿਕਰ ਕਰਤਾ ਬਣੂ ਬੜੀ ਉਨੀ ਅਗਲੇ ਪਾਸੇ ਬਣੂ ਉਨੀ ਅਗਲੇ ਪਾਸੇ ਵੇਖੋ ਅਗਲੇ ਪਾਸੇ ਲੇਵਾ ਕਿੰਨਾ ਆ ਦੇਖੋ ਜੀ ਸੋ ਜਿੰਨਾ ਹਵਾਨਾ ਦੋਸਤੋ ਅੱਗੇ ਨੂੰ ਰਹੂਗਾ ਤੇ ਉਨਾ ਹੀ ਬੈਕ ਸਾਈਡ ਨੂੰ ਜਿਹੜਾ ਆਰਡਰ ਬਣਾ ਲੂਗੀ ਠੀਕ ਆ ਬਾਕੀ ਜਿਹੜੇ ਹਿਸਾਬ ਨਾਲ ਰੇਟ ਭਾਅ ਪੜਤਾ ਉਹ ਹਿਸਾਬ ਨਾਲ ਦੁੱਧ ਜਿਹੜਾ ਤੁਸੀਂ ਇਸ ਤੋਂ ਲੈ ਸਕਦੇ ਆ ਕਿਉਂਕਿ ਹਜੇ 12-13 ਕਿਲੋ ਰਾਹ ਆਉਣਾ ਉਹਨੇ ਨਹੀਂ ਪਹਿਲੇ ਸੂਏ 12-13 ਕਿਲੋ ਚੋਇਆ ਵਾ 12-13 ਤਾਂ ਬਾਈ ਚਲੋ ਨਾਰਮਲ ਦੇ ਦੋ 12-13 ਤਾਂ ਐਵੇਂ ਦੇਣਾ ਬਾਕੀ ਪੋਲੀ ਪਾਲੀ ਬੜੀ ਕਰਮਾਲੀ ਠੀਕ ਆ
ਕਿੱਥੋਂ ਤੱਕ ਲੈਣ ਦੇਣ ਕਰੋਗੇ ਫਿਰ ਇਹਦਾ? ਮੁੱਲ ਇਹਦਾ ਵੀ ਟੋਕੜਾ ਵਾਲਾ ਹੀ ਅਠਾਈ ਹਜ਼ਾਰ ਦੀ, ਛੋਟੇ ਛੋਟੇ ਰੇਟ ਵੀ ਆ ਕਿਉਂਕਿ ਦੁਕਾਨਦਾਰੀ ਆ, ਵੱਡੀਆਂ ਵਿਹੜਾਂ ਵੀ ਮਿਲਦੀਆਂ ਤੇ ਛੋਟੇ ਵੀ ਥੋੜੇ ਪੈਸੇ ਖਰਚਣ ਵਾਲੇ ਵੀਰ ਵੀ ਹੁੰਦੇ ਆ। ਆ ਜਾਓ ਜੀ, ਉਹ ਖਾਲੀ ਬਿਲ ਠੀਕ ਆ, 28,000 ਦੀਆਂ ਜਿਹੜੀਆਂ ਦੋਸਤੋ ਇਹ ਵਿਹੜਾਂ ਨੇ। ਇਸ ਤੋਂ ਬਾਅਦ ਅੱਗੇ ਦੋ ਵਿਹੜਾਂ ਤੁਹਾਨੂੰ ਜਿਹੜੀਆਂ 60 ਦੇ ਵਿੱਚ ਹੋਰ ਦਿਖਾ ਦਾਂਗੇ। ਇਹ ਮਨਾ ਬਾਈ ਦੋਵੇਂ ਗੱਬਣ, ਇਹ ਗੱਬਣ ਜੀ, ਲੈ ਵੀ ਦੋਵੇਂ ਗੱਬਣ ਵਿਹੜਾਂ ਦੋਸਤੋ ਅਗਲੀਆਂ, ਠੀਕ ਆ। ਦੂਜੇ ਸੂਬੇ ਵਾਸਤੇ ਗੱਬਣ, ਇਹ ਦੋਨੋਂ ਦੂਜੇ ਸੂਬੇ ਹੀ ਆ, ਉਹ ਪਹਿਲਾਂ ਨੇ, ਉਹ ਪਹਿਲਾਂ ਵਿੱਚ, ਠੀਕ ਆ। ਆਹ ਜਿਹੜੀ ਦੋਸਤੋ ਤੁਹਾਨੂੰ ਦਿਖਾਉਣ ਡਿਆ ਆਪਾਂ, 6ਵਾਂ ਨੰਬਰ ਸਮਝ ਲਓ, ਠੀਕ ਆ। ਤੇ ਦੂਜੇ ਇਹ ਦੂਜੇ ਤੇ ਦੇਣੇ ਵੀ ਕੱਢ ਜੂ, ਦੇਣੇ ਹਫ਼ਤਾ ਲੈ ਜਾਣਾ ਜੀ, ਹਫ਼ਤਾ ਲੈ ਜੂ। ਪਰ ਨਿੱਗਰ ਤੁਸੀਂ ਵੇਖੋ, ਪੂਰੀ ਨਿੱਗਰ ਹੈ ਜੀ, ਠੀਕ ਆ। 15-16 ਕਿਲੋ ਵਾਲੀ ਵੱਛੀ ਆ, 15 ਕੁ ਕਿਲੋ ਵੀਰਾਂ ਦਾ 15 ਤੋਂ ਪਲੱਸ ਵਾਲੀ ਵੱਛੀ ਆ। ਅਤੇ ਸੂਬਾ ਦੂਜਾ ਦੋਸਤੋ, ਇੱਕ ਰੰਗ ਜ਼ਿਆਦਾਤਰ ਜਿਹੜੀ ਉਹ ਬਲੈਕ ਆ, ਕੁਝ ਕੁ ਥੱਲੇ ਜਿਹੜੇ ਬਲੈਕ ਦੇ ਵਿੱਚ ਸਪੋਰਟ ਜੇ ਤੁਹਾਨੂੰ ਮਿਲ ਜਾਣਗੇ, ਠੀਕ ਆ। ਅਤੇ ਥਣ ਨੋਰਮਲੀ ਜਿੱਦਾਂ ਆਪਾਂ ਸ਼ਾਹੀਵਾਲ ਦਾ ਵੇਖਦੇ ਹਾਂ, ਮੋਟਾ ਬਿਲਕੁਲ ਗੁੱਲ ਥਣ, ਠੀਕ ਆ ਜੀ। ਆਹ ਵੇਖੋ, ਬਾਕੀ ਆਹ ਸਪੇਸ ਵੇਖ ਸਕਦੇ ਜੀ, ਠੀਕ ਹੈ। ਅਗਲੇ ਪਿਛਲੇ ਥਣਾਂ ਦੀ ਸਪੇਸ ਵੀ ਘੱਟੋ ਘੱਟ 5-5 ਇੰਚ ਦੀ ਮਾਰਦੇ ਤਾਰਾਂ ਲਿਆਓ ਜੀ, ਟਿੱਪ ਦਿਓ। ਆ ਲਓ ਜੀ, ਠੀਕ ਹੈ ਜੀ, ਲਓ ਜੀ। ਇਹ ਅਗਲੇ ਥਣਾਂ ਦਾ ਜਿਹੜਾ ਦੋਸਤੋ ਤੇਪਣ ਹੈਗਾ, ਇਹ ਮਗਰਲੇ ਥਣ ਕਰੋ ਚੈੱਕ ਜੀ। ਆਹਦੇ ਚੀਪਾ ਹੀ ਆਉਂਦੇ, ਠੀਕ ਹੈ ਜੀ, ਦੇਖੋ, ਠੀਕ ਹੈ ਜੀ। ਕੁਝ ਕੁ ਚੇਪਾ ਜਿਹੜਾ ਦੋਸਤੋ ਸ਼ਹਿਦ ਵਿੱਚ ਕੁਝ ਕੁ ਬੋਲਾ ਭੰਨਿਆ, ਇਹ ਘੱਟੋ ਘੱਟ ਵੀ 8-10 ਦਿਨ ਲੈ ਜੂਗੀ, ਠੀਕ ਆ। ਠੰਡੀ ਡੁੱਲੇ ਡੁੱਲੇ ਆ, ਬਾਕੀ ਹਾਏ ਠੰਡੀ ਧੀਰੀ ਆ ਵੀ ਸੀਲ ਸਾਊਗਾ, ਠੀਕ ਹੈ ਜੀ। ਤੇ ਬਾਈ ਸਤਨਾਮ, ਕਿੱਥੋਂ ਤੱਕ ਫਿਰ ਇਹਦਾ ਮੁੱਲ? ਮੁੱਲ ਵੀਰ ਜੀ ਭਾਵੇਂ 45-45 ਕਰੀਏ ਜੀ, ਹਾਂਜੀ, ਇਹ ਵੀ 40,000 ਦੀ ਦਿੰਦਾ ਜੀ। 40 ਦੀ, ਹਾਂਜੀ, ਲਓ ਜੀ, 40,000 ਦੀ ਦੋਸਤੋ ਇਹ ਵੀ ਵੈੜ ਦਿੱਤੀ ਜਾਊਗੀ, ਠੀਕ ਆ। ਵੀ ਬਾਈ ਸਤਨਾਮ, ਇਹ ਗੱਲ ਆ ਵੀ ਕੋਈ ਕਾਲ ਨਹੀਂ ਪਿਆ ਹੈਗਾ, ਪਸ਼ੂ ਵਾਧੂ ਆ ਪਿੱਛੋਂ ਵੀਰ ਜੀ, ਪਸ਼ੂ ਵਾਧੂ, ਹਾਂ ਵੇਖੋ, ਤੁਹਾਡੇ ਸਾਹਮਣੇ ਵਾਧੂ ਕਰਕੇ ਮਿਲੇਗਾ, ਪਸ਼ੂ ਨਹੀਂ ਮਿਲਦੇ ਯਾਰ, ਤਿੱਖੇ ਆ, ਤੇਜ਼ ਆ, ਵੇਖੋ ਪਸ਼ੂ ਵਾਧੂ ਆ, ਬਾਕੀ ਹਾਂਜੀ ਉਸ ਹਿਸਾਬ ਨਾਲ ਭਾਅ ਪੜਤਾ ਕਰਨਾ ਵੀਰ ਜੀ। ਹੁਣ ਤੁਹਾਡੇ ਸਾਹਮਣੇ ਆਪਾਂ ਪਰਸੋਂ ਵੇਚੀਆਂ ਜੀ, ਤੇ ਮੈਂ ਵੀਡੀਓ ਪਾਉਣ ਤੋਂ ਮਗਰੋਂ ਵੀ 8 ਡੰਗਰ ਉੱਦਾਂ ਹੀ ਵੀਰਾਂ ਨੇ ਲਏ ਆਪਣੇ, ਮਤਲਬ ਵੀਡੀਓ ਵੇਖ ਕੇ ਪਹਿਲੀ ਤੋਂ ਉੱਦਾਂ ਹੀ, ਬਿਲਕੁਲ ਹੈ ਕਿ ਨਹੀਂ। ਤੇ ਆਹ ਲਾ ਲਓ 8 ਸ਼ੇਅਰ ਲਿਆਂਦੀਆਂ, ਬਿਲਕੁਲ 100 ਮਿਲੀਆਂ ਤਾਂ ਲਿਆਂਦੀਆਂ, ਚੋਰੀ ਥੋੜਾ ਖੋਲੀਆਂ ਵਾ, ਬਿਲਕੁਲ ਹੈ ਕਿ ਨਹੀਂ। ਸੋ ਪ੍ਰਾਪਰਤਾ ਜਿਹੜਾ ਜਾਇਜ਼ ਜੈਨੂਨ ਆ, ਬਾਕੀ ਦੋਸਤੋ ਹਰ ਇੱਕ ਵੀਰ ਦੀ ਆਪੋ ਆਪਣੀ ਸਮਝ ਹੁੰਦੀ ਆ। ਜਿਸ ਥਾਂ ਤੋਂ ਵੀ ਪਸ਼ੂ ਲੈਣਾ ਆਪਦਾ, ਤੁਰ ਫਿਰ ਕੇ ਵੀਰ ਕੋਈ ਚਾਰਾ ਮਾਰਦਾ ਹੀ ਹੈ ਵੀ ਚਾਰ ਅੱਡਿਆਂ ਤੋਂ, ਚਾਰ ਥਾਵਾਂ ਤੋਂ ਤੁਰ ਫਿਰ ਕੇ ਲਿਆ ਜਾਵੇ, ਸੋ ਆਸੇ ਪਾਸਿਓਂ ਪਤਾ ਕਰਕੇ ਫਿਰ ਤੁਸੀਂ ਇੱਥੇ ਟਰਾਈ ਮਾਰ ਲਿਆ ਕਰੋ, ਠੀਕ ਆ। ਆਹ ਵੇਖੋ ਪਹਿਲਾ ਸੂਆ ਦੋਸਤੋ, ਪਲੂਣ ਵੱਛੀ ਸੋਹਣੀ ਆ, ਪਹਿਲਾ ਫਸਟ ਟਾਈਮਰ ਆ, ਠੀਕ ਆ। ਅਤੇ ਹੌਲੀ ਜਿਹੀ ਵੱਛੀ ਆ, ਬਿਲਕੁਲ ਨਵੀਂ, ਠੀਕ ਆ। ਮਲੂ ਮਲੂ ਕਰਨ ਵਾਲੀ ਵੀ ਬਹੁਤ, ਥਣ ਥੁਣ ਵੇਖੋ ਕਿੱਡਾ ਸੋਹਣਾ ਲੱਗਾ, ਥਣ ਥੁਣ ਜਿਵੇਂ ਪਹਿਲਾਂ ਦੋਸਤੋ ਸੋਹਣੀ ਆ, ਥਣ ਥੁਣ ਪ੍ਰੋਪਰ ਆਪਾਂ ਕਹਿ ਲਈਏ ਪੂਰਾ ਮੁੱਠੀ ਆ ਜੀ ਆ, ਠੀਕ ਆ। ਨੋਰਮਲੀ ਜਿਹੜੀ ਪਾਲਣਾ ਜਿਹਾ ਰਹੂਗੀ, ਠੀਕ ਆ ਜੀ, ਵੈਸੇ ਪਸ਼ੂਆਂ ਦੇ ਵਿੱਚ ਕੋਈ ਸੱਜੇ ਖੱਬੇ ਬਹਿਣ ਬੂਣ ਦੇ ਕਰਕੇ ਕੋਈ ਸੱਜੇ ਜਿਹੜੀ ਖੱਬੇ ਹੋ ਗਈ, ਇਹ ਪਾਲਣਾ ਜਿਹਾ ਆਉਂਦੀ ਆਉਂਦੀ, ਠੀਕ ਆ ਜੀ। ਸੋ ਦਿਨ ਹਜੇ ਕੱਢਦੀ ਆ, ਮੈਨੂੰ ਲੱਗਦਾ ਵੀ ਘੱਟੋ ਘੱਟ ਲੈ ਜੂ ਬਈ, ਵੀ 5-6 ਦਿਨ ਵੀ ਲੈਣੇ ਵੀ ਜਿਹਨੇ ਲੈਣੇ। ਹੁਣ ਇਹ ਤਾਂ ਕਰਮਾਲੀ ਸਵੇਰੇ ਆਈ, ਇਹ ਤਾਂ ਉਰਲੀ ਵਿੱਚ ਤੋਂ ਸਵੇਰੇ ਆਈ। ਅੱਛਾ, ਪਹਿਲਾਂ ਬੱਚੀ ਆ ਦੋਸਤੋ, ਪਹਿਲਾਂ ਸੂਬਾ ਸੋਹਣੀ ਆ, ਠੀਕ ਆ। 5-6 ਦਿਨ ਦਾ ਆਈਡੀਆ ਰੱਖ ਕੇ ਤੁਸੀਂ ਪੁੜੇ ਪੜਨੇ, ਹਜੇ ਵੇਖੋ ਤੁਸੀਂ ਖਿੱਚੇ, ਚੰਗੀ ਬਣ ਜਾਣੀ, ਬਹੁਤ ਚੰਗੀ ਬਣ ਜਾਣੀ ਆ। ਹਾਂ ਵੇਖੋ, ਥਾਣ ਵੇਖ ਸਕਦੇ ਤੁਸੀਂ ਪੂਰਾ ਜਿਹੜਾ ਦੋਸਤੋ, ਹੱਥੀ ਚਵਾਈ ਦਾ ਜਿਵੇਂ ਦੂਜੇ ਵਿਹੜਾਂ ਦੇ ਲੱਗਾ ਹੁੰਦਾ, ਠੀਕ ਆ। ਮੋਟਾਈ ਪੂਰੀ ਥਣ ਦੀ, ਤੋ ਬਿਲਕੁਲ ਤਾਰ ਤੁਰ ਪੋਲੀ ਰਹੂਗੀ। ਹਾਂਜੀ, ਤੇ ਕੀ ਇਹਦਾ ਪਈ ਲੈਂਡ? ਮੁੱਲ ਵੀ ਜੀ ਭਾਅ ਇਹਦਾ 45-43 ਕਰੀਏ ਜੀ, ਇਹਦਾ 40,000 ਚੋਂ 1,000 ਛੱਡ ਦਾਂਗੇ ਜੀ। 40 ਚੋਂ, ਹਾਂਜੀ, ਠੀਕ ਹੈ, ਛੱਡ ਦਾਂਗੇ।
40,000 ਦੇ ਵਿੱਚੋਂ ਦੋਸਤੋ 1,000 ਛੱਡਿਆ ਜਾਊਗਾ ਘੱਟੋ ਘੱਟ, ਵੀ ਜਿਹੜੀਆਂ 4-5 ਵਹਿੜਾਂ ਅੱਜ ਇਹੋ ਜਿਹੀਆਂ ਵੀ ਜਿਹੜੀਆਂ ਬਿਲਕੁਲ 40,000 ਦੇ, ਕੋਈ 38,000 ਦੇ ਨੇੜੇ ਤੇੜੇ ਆ, ਵੱਡੀਆਂ ਮੱਛੀਆਂ ਭਾਵੇਂ ਇਹਨਾਂ ਦਾ 45-45 ਮੁੱਲ ਪਈਏ ਤਾਂ ਵੀ ਵਿਕ ਜਾਣੀ ਆ ਬਿਲਕੁਲ, ਪਰ ਆਪਾਂ ਉਹ ਕੰਮ ਨਹੀਂ ਕਰਦੇ ਜਿਹੜੇ ਪਸ਼ੂ ਵੱਡੇ ਆ ਦੋਸਤੋ, ਘੱਟੋ ਘੱਟ ਵੀ 10-15,000 ਦਾ ਮਾਰਜਨ ਉਹਨਾਂ ਦੇ ਵਿੱਚੋਂ ਵੀ ਘੱਟ ਹੈਗਾ, ਜਿਵੇਂ ਆਪਾਂ ਤੁਹਾਨੂੰ ਪਹਿਲੀਆਂ ਜਿਹੜੀਆਂ ਇਹ ਵਹਿੜਾਂ ਦਿਖਾਤੀਆਂ, ਠੀਕ ਆ। ਇਸ ਤੋਂ ਬਾਅਦ ਬਾਈ ਇਹ ਸਤਨਾਮ ਭਾਈ ਜਿਹੜੀ ਆ ਲਾਸਟ ਦੇ ਵਿੱਚ ਆਹ ਡੱਬੀ ਦਾ ਕੀ ਹਿਸਾਬ ਕਿਤਾਬ? ਇਹ ਵੀਰ ਜੀ ਆਪਾਂ ਪਿਛਲੀ ਵੀਡੀਓ ਪਾਈ ਸੀ, ਇਹ ਗੱਬਣ ਸੀ। ਹਾਂਜੀ, ਇਹ ਮਤਲਬ 7.5 ਦੀ ਆਪਾਂ ਕਰਾਈ ਸੀ, ਚਲੋ ਉਦਣ ਉੱਤੇ ਹੀ ਥੋੜ੍ਹੇ ਦਿਨ, ਹੁਣ ਤਕਰੀਬਨ ਕੋਈ ਭੈਣ ਭਰਾ ਨੂੰ 8 ਦੀ ਮੰਨ ਕੇ ਚੱਲੇ, ਕੋਈ 2-4 ਦਿਨ ਘੱਟ ਹੋਣਗੇ ਤੇ 8 ਦੀ ਮੰਨ ਕੇ ਚੱਲਣ, ਠੀਕ ਹੈ। 7.5 ਤੋਂ ਉਧਰ ਹੀ ਉੱਤੇ ਸੀ ਨਾ, ਤੇ ਹੁਣ 2-4 ਦਿਨ ਮੈਂ ਵੀਡੀਓ ਪਈ ਨਹੀਂ ਹੋ ਗਏ ਆ, ਘੱਟੋ ਘੱਟ ਸਾਂਭਣੀ ਪੈਣੀ ਆ ਕੋਈ ਮਹੀਨਾ, ਕੋਈ ਸਵਾ ਮਹੀਨਾ, ਡੇਢ ਮਹੀਨੇ ਦੇ ਲਾਗੇ ਤਾਂ ਕੋਈ ਸਾਂਭਣੀ ਪੈਣੀ ਆ, ਪਰ ਪੂਰੀ ਤਿਆਰੀ ਤੇ ਆਜੂਗੀ, ਸਵਾ ਮਹੀਨਾ ਕੋਈ ਡੇਢ ਮਹੀਨੇ ਦੇ ਮਹੀਨਾ ਪੱਠੇ ਪਾਲੇ ਉਧਰ ਵੀ ਧਿਆਰਾ ਪਾਉਣਾ ਕਰਨ ਵਾਲੇ ਨੇ। ਆਹ ਦੇਖੋ ਜੀ, ਬਾਕੀ ਜੇ ਕਿਸੇ ਵੀਰ ਨੇ ਦੋਸਤੋ ਸਹੀ ਬਿਆਨਾ ਕਰ ਲਿਆ 8-7 ਮਹੀਨਿਆਂ ਦਾ ਜਿਵੇਂ ਵੀਰ ਸਤਨਾਮ ਕਹਿ ਰਿਹਾ, ਪਰ ਉੱਥੋਂ ਤੁਸੀਂ ਦੋਸਤੋ ਆਪਦੀ ਚੈੱਕ ਗੱਬਣ, ਕਿਉਂਕਿ ਵੀਰਾਂ ਨੂੰ ਹੁੰਦਾ ਵੀ ਕਿਤੇ ਜ਼ਿਆਦਾ ਮਹੀਨੇ ਦੀ ਸਾਂਭ ਸੰਭਾਲ ਨਾ ਪੈ ਜੇ, ਇਸ ਕਰਕੇ ਉਹ ਕਈਆਂ ਦੇ ਦਿਮਾਗ 'ਚ ਆਉਂਦਾ ਚੈੱਕ ਕਰਵਾ ਲੈਣਾ, ਆਪਾਂ ਨੂੰ ਕੋਈ ਇਤਰਾਜ਼ ਨਹੀਂ ਗਾ ਬਿਲਕੁਲ। ਹਾਂਜੀ, ਕਈ ਨਾ ਬਾਈ ਸਤਨਾਮ ਹੁੰਦਾ ਨਾ ਵੀ ਚਲੋ ਡੇਢ ਮਹੀਨਾ ਪਿਆ ਸੂਣ ਦੇ, ਚਲੋ ਉਹ ਕਈ ਨਾ ਪਸ਼ੂ 5-6 ਮਹੀਨੇ ਦਾ ਗੱਬਣ ਨਹੀਂ, ਇਹ ਕੰਮ ਆਪਾਂ ਚੈੱਕ 7.5 ਆਪਾਂ ਚੈੱਕ ਕਰਾਈਏ ਸੀ ਬਿਲਕੁਲ ਬਿਲਕੁਲ। ਹੁਣ ਮੰਨ ਲਓ ਇਹਨੂੰ ਉੱਤੇ ਹੀ ਦੇਣਾ, ਇਹ ਘੱਟ ਥੋੜ੍ਹਾ ਤੇ ਕਿੰਨਾ ਮੁੱਲ ਰਹੂਗਾ ਇਹਦਾ ਫਿਰ? ਮੁੱਲ ਵੀਰ ਜੀ 28,000 ਦੇ ਦਿਓ, 28,000 ਦੀ। ਹਾਂਜੀ, 25-55,000 ਦੀ, ਸਿਰਫ ਉਹੀ 10 ਦਿਨ ਪੱਠੇ ਪਾਉਣੇ ਪੈਣੇ ਆ, ਠੀਕ ਹੈ, ਹੈ ਕਿ ਨਹੀਂ, ਜਿੰਨੇ 4 ਦਿਨ ਸਾਲ ਹੀ ਉਹ ਸਮਝੋ ਲਾਟਰੀ ਆ ਬਿਲਕੁਲ ਜੀ ਬਿਲਕੁਲ, ਦੀਵਾਲੀ 'ਤੇ ਲਾਟਰੀ ਨਿਕਲ ਆਊਗੀ ਬਿਲਕੁਲ। ਸੋ ਦੋਸਤੋ ਇਹ ਵੈੜ ਜਿਹੜੀ ਹਜੇ ਦਿਨਾਂ ਬਿਲਕੁਲ ਦਿਨ ਕੱਚੀ ਹੋਣ ਕਰਕੇ, ਵੀ ਮਹੀਨਾ ਸਵਾ ਮਹੀਨਾ ਕੱਚੀ ਹੋਣ ਕਰਕੇ ਬਿਲਕੁਲ 28,000 ਦੀ ਅੱਜ, ਜਿਹੜਾ ਵੀਰ ਸਾਂਭ ਲੂਗਾ 2 ਪੈਸੇ ਮਹੀਨੇ ਡੇਢ ਤੱਕ, ਕੋਈ ਆਪਦਾ 5-7,000 ਕੋਈ 10,000 ਤੱਕ ਜਿਹੜਾ ਨਫਾ ਵੀ ਲੈ ਸਕਦੇ ਜੇ ਪੂਰੀ ਤਿਆਰੀ 'ਤੇ, ਠੀਕ ਹੈ। ਅਤੇ ਆਹ ਪਸ਼ੂ ਸੀ ਅੱਜ ਟੋਟਲ 8 ਨਾਗ ਤੁਹਾਨੂੰ ਦਿਖਾਤੇ ਆ, ਜਿਨ੍ਹਾਂ ਦੇ ਵਿੱਚੋਂ ਦੋਸਤੋ 3 ਪਸ਼ੂ ਸਵੇ ਸਵੇ 5 ਗੱਬਣ ਬਿਲਕੁਲ, ਠੀਕ ਹੈ। ਅਤੇ ਬਾਈ ਸਤਨਾਮ ਬੋਲ ਦੇਗੇ ਨੰਬਰ, ਨੰਬਰ ਵੀਰ ਜੀ ਆਪਣਾ 94-656 96-956, ਠੀਕ ਹੈ ਜੀ, ਪਿੰਡ ਕਹਿਰੋ ਤਹਿਸੀਲ ਪੱਟੀ ਜ਼ਿਲ੍ਹਾ ਕਰੂੰਗਾ, ਠੀਕ ਹੈ ਜੀ। ਹਾਂਜੀ, ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ, ਚੋਦੀਆਂ ਨੂੰ।